ਅੱਜ ਤੁਸੀਂ ਵੀਡੀਓ 'ਚ ਦੇਖੋਗੇ ਪੂਰਾ ਖੁੱਲ੍ਹਾ ਡੁੱਲਾ ਘਰ। ਰੇਟ ਕਿੰਨਾ ਕਾ? ਸਿਰਫ 7.5 ਲੱਖ ਰੁਪਈਆ ਡਿਮਾਂਡ ਕੀਤੀ ਹੈ, ਘਾਟਾ ਵਾਧਾ ਕੀਤਾ ਜਾਊਗਾ ਪੂਰੀ। ਆਪਾਂ ਗੱਲ ਕਰਦੇ ਹਾਂ ਜੀ, ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ, 7380 8 6173। ਜੇ ਕਿਸੇ ਨੇ ਘਰ ਕੋਠੀ ਮਕਾਨ ਕਿਸੇ ਵੀ ਏਰੀਏ 'ਚ ਵੇਚਣੀ ਹੈ, ਆਪਣੇ ਕੋਲ ਭੇਜੋ ਇੱਕ ਵੀਡੀਓ, ਪੂਰੀ ਜਾਣਕਾਰੀ 10-12 ਫੋਟੋਆਂ ਫ੍ਰੀ 'ਚ ਆਪਾਂ ਐਡ ਲਗਾ ਦਾਂਗੇ। ਨਵੀਆਂ ਨਵੀਆਂ ਕੋਠੀਆਂ ਅਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਇੱਕ ਬੈੱਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਜਿੰਨੇ ਤੁਸੀਂ ਦੇਖ ਰਹੇ ਹੋ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ, ਜਿੰਨੇ ਮੇਰੇ ਭਰਾ ਤੁਸੀਂ ਦੇਖ ਰਹੇ ਹੋ, ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ। ਅਤੇ ਅੱਜ ਆਪਾਂ ਤੁਹਾਡੇ ਖਾਤਰ ਘਰ ਲੈ ਕੇ ਪਹੁੰਚੇ ਹਾਂ। ਘਰ ਬਹੁਤ ਜ਼ਿਆਦਾ ਡਬਲ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ, ਵਧੀਆ ਘਰ ਹੈ ਜੀ। ਘਰ ਦੀ ਜਗ੍ਹਾ ਬਹੁਤ ਜ਼ਿਆਦਾ ਡਬਲ ਆਪਾਂ ਨੂੰ ਮਿਲ ਜੂਗੀ ਦੇਖਣ ਨੂੰ। 7.5 ਬਿਸਵੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ। ਪਹਿਲਾਂ ਤੁਹਾਨੂੰ ਮੈਂ ਸਾਰਾ ਕੁਛ ਕਨਫਰਮ ਕਰਵਾ ਦਿੰਦਾ ਸੀ, ਜਿਹੜੀ ਗਲੀ ਇਹਨਾਂ ਨੂੰ ਲੱਗਦੀ ਹੈ ਪੂਰੀ ਵਧੀਆ ਗਲੀ ਲੱਗਦੀ ਹੈ, ਅਤੇ ਗਲੀ ਦੇ ਬਿਲਕੁਲ ਸਾਹਮਣੇ ਆਪਾਂ ਨੂੰ ਘਰ ਮਿਲ ਜੂਗਾ। ਅਤੇ ਘਰ ਦੀ ਜਗ੍ਹਾ 7.5 ਬਿਸਵੇ ਹੈ। ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ, ਰੇਟ ਜਿਹੜੀ ਡਿਮਾਂਡ ਕੀਤੀ ਹੈ, ਜਿਹੜਾ ਰੇਟ ਆਪਾਂ ਤੁਹਾਨੂੰ ਦੱਸਿਆ 7.5 ਲੱਖ ਰੁਪਈਆ, ਇਹ ਕੋਈ ਫਿਕਸ ਰੇਟ ਨਹੀਂ ਹੈਗਾ ਸੀ। ਮਾਲਕ ਨੇ ਆਖਿਆ ਗਾ ਘਾਟਾ ਵਾਧਾ ਬਹਿ ਕੇ ਕਰ ਲਾਂਗੀ, ਕੋਈ ਚੱਕਰ ਵਾਲੀ ਗੱਲ ਨਹੀਂ, ਰੇਟ ਦੀ ਟੈਨਸ਼ਨ ਕਿਸੇ ਨੇ ਨਹੀਂ ਲੈਣੀ। ਮਾਲਕ ਨੇ ਸਿੱਧਾ ਸਿੱਧਾ ਕਿਹਾ ਗਾ 7.5 ਬਿਸਵੇ ਜਗ੍ਹਾ ਟੋਟਲ ਆਪਾਂ ਨੂੰ ਜਗ੍ਹਾ ਮਿਲੂਗੀ। ਅਤੇ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਮੈਂ ਕਨਫਰਮ ਕਰਵਾ ਦਿੰਦਾ, ਜਿਹੜਾ ਇਹ ਘਰ ਹੈਗਾ ਥੋੜ੍ਹਾ ਜਿਹਾ ਪੁਰਾਣਾ ਜ਼ਰੂਰ ਹੈ, ਪਰ ਠੀਕ ਹੈ ਜੀ, ਰੇਟ ਦੇ ਹਿਸਾਬ ਨਾਲ, ਜਗ੍ਹਾ ਦੇ ਹਿਸਾਬ ਨਾਲ। ਅਤੇ ਘਰ ਵਧੀਆ ਬਣਿਆ ਹੋਇਆ, ਬਾਕੀ ਜਿਹੜੇ ਕਮਰੇ ਕੁਮਰੇ ਬਣੇ ਹੋਏ ਨੇ ਉਹ ਵੀ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜਾਣਗੇ। ਕਮਰੇ ਪੁਰਾਣੇ ਤਾਂ ਜ਼ਰੂਰ ਹੈ ਪਰ ਵਧੀਆ, ਅਤੇ ਜਿਹੜੇ ਆਪਾਂ ਨੂੰ ਬਾਥਰੂਮ ਵਗੈਰਾ ਦੇਖਣ ਨੂੰ ਮਿਲਣਗੇ ਉਹ ਪੂਰੇ ਆਪਾਂ ਨੂੰ ਵਧੀਆ ਮਿਲ ਜਾਣਗੇ ਜੀ। ਬਾਥਰੂਮ ਪੂਰੇ ਤਿਆਰ ਕੀਤੇ ਕਿਰਾਏ ਆਪਾਂ ਨੂੰ ਮਿਲ ਜਾਣਗੇ। ਅਤੇ ਇੱਕ ਪੂਰਾ ਵੱਡਾ ਇਹਨਾਂ ਨੇ ਸ਼ੈੱਡ ਵੀ ਪਾ ਰੱਖਿਆ, ਉਹ ਵੀ ਤੁਸੀਂ ਵੀਡੀਓ 'ਚ ਦੇਖਿਆ ਹੋਊਗਾ ਜੀ। ਸਾਰਾ ਕੁਛ ਜਿਵੇਂ ਦਾ ਹੈਗਾ ਐਵੇਂ ਹੀ ਇਹਨਾਂ ਨੇ ਛੱਡਣਾ। 7.5 ਲੱਖ ਰੁਪਈਆ ਡਿਮਾਂਡ ਹੈ। ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਸਪਲਾਈ ਪਾਣੀ ਦੀ ਵਧੀਆ, ਮੋਟਰ ਤੁਸੀਂ ਦੇਖ ਲਈ ਵੀਡੀਓ 'ਚ, ਸਾਰਾ ਕੁਛ ਇਹਨਾਂ ਨੇ ਦਿਖਾਇਆ। ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲ ਬਣਾ ਕੇ ਭੇਜੀ ਹੈ। ਜੇ ਕੋਈ ਇਹ ਘਰ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਮੋਬਾਈਲ ਨੰਬਰ ਅਤੇ ਲੋਕੇਸ਼ਨ ਸਾਰਾ ਕੁਛ ਤੁਹਾਨੂੰ ਪਤਾ ਲੱਗ ਜੂਗਾ, ਬਸ ਤੁਸੀਂ ਵੀਡੀਓ ਦੇਖਿਓ ਜੀ ਪੂਰੀ। ਬਾਕੀ ਤੁਹਾਨੂੰ ਮੈਂ ਬਾਥਰੂਮ ਪਹਿਲਾਂ ਦੱਸਿਆ ਸੀਗਾ ਵੀ ਬਾਥਰੂਮ ਦੇ ਵਿੱਚ ਟਾਈਲਾਂ ਟੂਲਾਂ ਜਿਵੇਂ ਵੀ ਹੁੰਦੀਆਂ ਬਹੁਤ ਵਧੀਆ ਇਹਨਾਂ ਨੇ ਲਗਵਾ ਰੱਖੀਆਂ। ਬਾਥਰੂਮ ਦਾ ਪੂਰਾ ਵਧੀਆ ਇਹਨਾਂ ਨੇ ਕੰਮ ਕਰਵਾ ਰੱਖਿਆ ਜੀ। ਅਤੇ ਗੱਡੀ ਗੁੱਡੀ ਪੂਰੀ ਵਧੀਆ ਘਰ ਦੇ ਅੰਦਰ ਸਿੱਧੀ ਆਉਂਦੀ ਹੈ, ਜੇ ਆਪਣੇ ਕੋਲ ਗੱਡੀ ਹੈਗੀ ਹੈ ਤਾਂ ਆਰਾਮ ਨਾਲ ਸਿੱਧੀ ਘਰ ਆਊਗੀ। ਅਤੇ ਕਿਸੇ ਨੇ ਘਰ ਢਾਹ ਕੇ ਸਾਰਾ ਪਾਉਣਾ ਹੋਵੇ ਜੀ ਤਾਂ ਇੱਥੇ ਘਰ ਵੀ ਬਹੁਤ ਵਧੀਆ, ਜਾਂ ਫਿਰ ਕੋਠੀ ਕਿਸੇ ਨੇ ਪਾਉਣੀ ਹੈ ਤਾਂ ਜਗ੍ਹਾ ਬਹੁਤ ਵਧੀਆ ਆਪਾਂ ਨੂੰ ਬਣੂਗੀ ਇਹ। ਅਤੇ ਇਹਨਾਂ ਨੇ ਕੁਝ ਕੁ ਫੋਟੋਆਂ ਵੀ ਖਿੱਚ ਕੇ ਭੇਜੀਆਂ, ਤੁਹਾਨੂੰ ਫੋਟੋਆਂ ਵੀ ਦੇਖਣ ਨੂੰ ਮਿਲ ਜਾਣਗੀਆਂ। ਅਤੇ ਵੀਡੀਓ ਤਾਂ ਆਪਾਂ ਦੇਖ ਰਹੇ ਹਾਂ ਜੀ, ਬਾਕੀ ਕਮਰੇ ਕੁਮਰੇ ਤੁਸੀਂ ਸਾਰਾ ਕੁਛ ਦੇਖ ਰਹੇ ਹੋ, ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ। ਬਾਕੀ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ। ਅਤੇ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਸਸਤਾ ਜਿਹਾ ਘਰ ਚਾਹੀਦਾ, ਚਾਹੇ ਜਗ੍ਹਾ ਘੱਟ ਹੋਵੇ, ਕਮਰੇ ਚਾਹੇ ਦੋ ਹੀ ਬਣੇ ਹੋਣ, ਪਰ ਰੇਟ ਘੱਟ ਹੋਵੇ ਅਤੇ ਜਗ੍ਹਾ ਵਧੀਆ ਹੋਵੇ, ਲੋਕੇਸ਼ਨ ਵਧੀਆ ਹੋਵੇ, ਆਸੇ ਪਾਸੇ ਦਾ ਜਿਹੜਾ ਮਾਹੌਲ ਹੈ ਉਹ ਵਧੀਆ ਹੋਵੇ, ਪੂਰੇ ਵਧੀਆ ਲੋਕੇਸ਼ਨ 'ਤੇ ਆਪਾਂ ਤੁਹਾਡੇ ਖਾਤਰ ਜਿਵੇਂ ਦਾ ਘਰ ਤੁਸੀਂ ਕਹਿੰਦੇ ਸੀਗੇ ਉਹ ਤੋਂ ਦੁੱਗਣਾ ਵੱਡਾ ਅਤੇ ਵਧੀਆ ਲੈ ਕੇ ਪਹੁੰਚੇ ਹਾਂ ਜੀ। ਅਤੇ ਬਾਕੀ ਜਗ੍ਹਾ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ, ਰੇਟ ਵੀ ਤੁਹਾਨੂੰ ਕਨਫਰਮ ਕਰਵਾਤਾ ਜੀ, ਅਤੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਦਾ, ਨੇੜੇ ਇਹਨਾਂ ਨੂੰ ਲੱਗਦਾ ਗਾ ਖੰਨਾ,
ਖੰਨਾ ਸਿਰਫ ਇਹਨਾਂ ਤੋਂ 10 ਕੁ ਕਿਲੋਮੀਟਰ ਰਹਿ ਜਾਂਦਾ ਅਤੇ ਜਿਹੜਾ ਪਾਇਲ ਹੈ ਉਹ ਇਹਨਾਂ ਤੋਂ 7 ਕਿਲੋਮੀਟਰ ਰਹਿ ਜਾਂਦਾ ਜੀ। ਅਤੇ ਨੇੜੇ ਤੇੜੇ ਇਹਨਾਂ ਦਾ ਪਿੰਡ ਹੈਗਾ ਅਤੇ ਪਿੰਡ ਕੁਰੈਕਟ ਤੁਸੀਂ ਪੁੱਛਣਾ ਹੋਵੇ ਤਾਂ ਮਾਲਕ ਨਾਲ ਤੁਸੀਂ ਪੂਰੀ ਗੱਲ ਕਰ ਲਿਓ। ਮਾਲਕ ਕਹਿੰਦੇ ਸੀਗੇ ਵੀ ਨਾਲੇ ਤਾਂ ਕਿਸੇ ਨੇ ਫੋਨ ਕਰਨਾ ਫੋਨ ਕਰ ਲਿਓ, ਕੁਛ ਵੀ ਪੁੱਛਣਾ ਪੁੱਛ ਸਕਦੇ ਹੋ। ਅਤੇ ਮਾਲਕ ਨੇ ਇੱਦਾਂ ਵੀ ਆਖਿਆ ਵੀ ਪਹਿਲਾਂ ਆ ਕੇ ਦੇਖ ਲਿਓ ਘਰ ਨੂੰ ਅਤੇ ਪਸੰਦ ਕਰੋ ਪਹਿਲਾਂ ਆ ਕੇ, ਅਤੇ ਬਹਿ ਕੇ ਉਹ ਤੋਂ ਬਾਅਦ ਰੇਟ ਮੁਕਾ ਲਾਂਗੇ, ਘਾਟਾ ਵਾਧਾ ਕਰ ਲਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਸਾਰਿਆਂ ਨੂੰ ਨੋਟ ਕਰਵਾ ਦਿੰਦਾ ਜੀ, ਜਿਹੜੇ ਮਾਲਕ ਆਪ ਨੇ ਘਰ ਦੇ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ 76 819 37 009, ਇਹ ਮਾਲਕ ਦਾ ਨੰਬਰ ਹੈ। ਮਾਲਕ ਨਾਲ ਤੁਹਾਡੀ ਪੂਰੀ ਗੱਲ ਹੋਜੂਗੀ, ਕੋਈ ਵੀ ਗੱਲ ਕਰਨੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਛ ਵੀ ਪੁੱਛਣਾ ਮਾਲਕ ਨਾਲ ਸਿੱਧੀ ਗੱਲ ਕਰੋ, ਅਤੇ ਜਾ ਕੇ ਕਿਸੇ ਨੇ ਦੇਖਣਾ ਜਾ ਕੇ ਦੇਖੋ, ਕੋਈ ਗੱਲ ਕਰਨੀ ਹੈ ਗੱਲ ਕਰੋ, ਅਤੇ ਖਰੀਦਣ ਦਾ ਕੋਈ ਵੀ ਚਾਹਵਾਨ ਹੈ ਜਿਹਨੇ ਵੀ ਦੇਖਣਾ ਹੋਵੇ, ਕਿਸੇ ਨੇ ਖਰੀਦਣਾ ਹੋਵੇ ਜਾ ਕੇ ਦੇਖਣਾ ਹੋਵੇ, ਕਿਸੇ ਨੂੰ ਵੀ ਪਸੰਦ ਆਇਆ, ਜੇ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਆਇਆ ਜਾਂ ਮੇਰੇ ਭਰਾ ਨੂੰ, ਮੇਰੇ ਵੱਡੇ ਬਜ਼ੁਰਗ ਨੂੰ, ਮੇਰੀ ਮਾਤਾ ਨੂੰ, ਕਿਸੇ ਨੇ ਵੀ ਦੇਖਣਾ ਖਰੀਦਣਾ ਤਾਂ ਇਹਨਾਂ ਦੇ ਘਰ ਜਾ ਕੇ ਦੇਖ ਸਕਦੇ ਹੋ। ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ, ਮਾਲਕ ਨਾਲ ਗੱਲ ਕਰ ਲਓ ਤੁਸੀਂ, ਗੱਲ ਤੁਹਾਡੀ ਮਾਲਕ ਨਾਲ ਡਾਇਰੈਕਟ ਹੋ ਜੂਗੀ। ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵੀਡੀਓ ਖਤਮ ਨਹੀਂ ਹੋਈ, ਅੱਗੇ ਤੁਹਾਨੂੰ ਫੋਟੋਆਂ ਵੀ ਦੇਖਣ ਨੂੰ ਮਿਲ ਜਾਣਗੀਆਂ, ਬਾਕੀ ਸਕਰੀਨ 'ਤੇ ਕੁਝ ਕੁ ਫੋਟੋਆਂ ਚੱਲ ਵੀ ਰਹੀਆਂ ਜੀ, ਅਤੇ ਪੂਰੀ ਆਪਾਂ ਗੱਲ ਕਰ ਰਹੇ ਹਾਂ। ਜੇ ਤੁਹਾਨੂੰ ਘਰ ਵਧੀਆ ਲੱਗਿਆ ਪਸੰਦ ਆਇਆ ਤਾਂ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ, ਉਹ ਜਿਹੜਾ ਲਾਈਕ ਦਾ ਬਟਨ ਹੈ ਉਹਨੂੰ ਸਾਰੇ ਲਾਜ਼ਮੀ ਦੱਬ ਦਿਓ ਜੀ। ਜਦੋਂ ਤੁਸੀਂ ਲਾਈਕ ਸ਼ੇਅਰ ਕਰਦੇ ਰਹਿੰਦੇ ਹੋ ਤਾਂ ਹੌਸਲਾ ਜਿਹਾ ਬਣਿਆ ਰਹਿੰਦਾ ਜੀ, ਤੁਹਾਡੇ ਕਰਕੇ ਜੀ ਸਾਰਾ ਕੁਛ ਲਾਈਕ ਲੂਕ ਕਰਦੇ ਰਿਹਾ ਕਰੋ, ਅਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਉ ਆਪਦੇ ਵਟਸਐਪ ਦੇ ਗਰੁੱਪਾਂ ਦੇ ਵਿੱਚ, ਆਪਦੇ ਯਾਰਾਂ ਮਿੱਤਰਾਂ 'ਚ, ਰਿਸ਼ਤੇਦਾਰਾਂ 'ਚ, ਸਾਰਿਆਂ ਨੂੰ ਸ਼ੇਅਰ ਕਰਦਿਆ ਕਰੋ। ਤੁਹਾਡੇ ਇੱਕ ਸ਼ੇਅਰ ਨਾਲ ਹੋ ਸਕਦਾ ਕਿਸੇ ਦਾ ਭਲਾ ਹੋ ਜੇ, ਕੋਈ ਲਾਭਦਾ ਹੁੰਦਾ ਜੀ, ਘਰ ਕੋਠੀ ਵਧੀਆ ਰੇਟ 'ਚ ਘੱਟ ਰੇਟ 'ਚ ਤੁਸੀਂ ਸ਼ੇਅਰ ਕਰੋਗੇ ਅਗਲੇ ਤੱਕ ਵੀਡੀਓ ਪਹੁੰਚ ਜੂਗੀ ਅਤੇ ਉਹਨਾਂ ਦਾ ਵੀ ਫਾਇਦਾ ਹੋ ਜੂਗਾ ਜੀ। ਅਤੇ ਇੱਕ ਸ਼ੇਅਰ ਨਾਲ ਕੁਛ ਵੀ ਨਹੀਂ ਹੁੰਦਾ, ਇੱਕ ਸ਼ੇਅਰ ਲਾਜ਼ਮੀ ਕਰ ਦਿਓ ਵਟਸਐਪ 'ਤੇ, ਫੇਸਬੁੱਕ, ਜੋ ਵੀ ਤੁਸੀਂ ਚਲਾਉਂਦੇ ਹੋ। ਅਤੇ ਜਿੰਨੇ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਦੀ ਹਰ ਰੋਜ਼, ਜੇ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ, ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਉ। ਜੇ ਤੁਸੀਂ ਹਰ ਰੋਜ਼ ਨਵੀਂ ਵੀਡੀਓ ਕੋਠੀ ਘਰ ਮਕਾਨ ਅਲੱਗ ਅਲੱਗ ਏਰੀਏ 'ਚੋਂ ਦੇਖਣਾ ਚਾਹੁੰਦੇ ਹੋ ਜੀ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ, ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਅਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਏ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਗਾ ਤੁਸੀਂ ਮੈਨੂੰ ਕਮੈਂਟ ਲਾਜ਼ਮੀ ਕਰਿਓ, ਕਮੈਂਟ ਕਰਕੇ ਮੈਨੂੰ ਦੱਸਿਓ ਕਿੱਥੋਂ ਕਿੰਨੇ ਰੇਟ ਦੇ ਵਿੱਚ ਕਿੱਥੇ ਤੁਹਾਨੂੰ ਚਾਹੀਦਾ, ਉਸ ਹਿਸਾਬ ਨਾਲ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਵਾਂਗੇ। ਬਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਲਾਈਕ ਕਰਨਾ ਨਾ ਭੁੱਲਿਓ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ, ਮੇਰੇ ਭਰਾ, ਤੁਹਾਡੇ ਕੋਲ ਵੀ ਘਰ ਹੈ, ਕੋਠੀ ਹੈ, ਮਕਾਨ ਹੈ, ਕਿਸੇ ਵੀ ਏਰੀਏ 'ਚ, ਪਿੰਡ 'ਚ, ਸ਼ਹਿਰ 'ਚ, ਜਿੱਥੋਂ ਵੀ ਤੁਸੀਂ ਦੇਖ ਰਹੇ ਹੋ, ਇੱਕ ਤਾਂ ਵੀਡੀਓ ਬਣਾ ਕੇ ਭੇਜੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ। ਜਿਹੜੀ ਵੀਡੀਓ ਬਣਾਉਣੀ ਹੈ ਪੂਰੀ ਵਧੀਆ ਬਿਲਕੁਲ ਆਰਾਮ ਨਾਲ ਬਣਾਉਣੀ ਹੈ ਜੀ, ਬਾਹਰੋਂ ਬਣਾਉਣੀ ਸ਼ੁਰੂ ਕਰਨੀ ਹੈ ਗਲੀ ਤੋਂ, ਅਤੇ ਫਰੰਟ ਵਗੈਰਾ ਸਾਰਾ ਕੁਛ ਦਿਖਾ ਕੇ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਵੀਡੀਓ ਅਤੇ 10-12 ਫੋਟੋਆਂ ਅਤੇ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਆਪਣੇ ਕੋਲ ਭੇਜ ਦਿਓ, ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ। ਅਤੇ ਇੱਕ ਬੇਨਤੀ ਹੈ ਜੀ, ਤੁਸੀਂ ਨਾ ਕਮੈਂਟਾਂ 'ਚ ਬਹੁਤ ਜ਼ਿਆਦਾ ਕਹਿੰਦੇ ਹੋ ਵੀ ਅਸੀਂ ਘਰ ਕੋਠੀ ਮਕਾਨ ਵੇਚਣਾ ਅਤੇ ਸਾਡੀ ਐਡ ਕਰ ਦਿਉ, ਵੀ ਅਸੀਂ ਕਮੈਂਟਾਂ ਦੇ ਵਿੱਚੋਂ ਕਿਵੇਂ ਐਡ ਕਰ ਦਈਏ ਜੀ, ਤੁਸੀਂ ਕਮੈਂਟ ਨਾ ਕਰਿਆ ਕਰੋ, ਆਪਣੇ ਵਟਸਐਪ ਨੰਬਰ 'ਤੇ ਭੇਜ ਦਿਆ ਕਰੋ ਬਸ, ਅਤੇ ਉਹ ਤੋਂ ਬਾਅਦ ਤੁਹਾਡੀ ਛੇਤੀ ਤੋਂ ਛੇਤੀ ਐਡ ਲਗਾ ਦਿੱਤੀ ਜਾਊਗੀ।
ਹੁਣ ਦਿਓ ਜੀ ਮੈਨੂੰ ਇਜਾਜ਼ਤ, ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ। ਅਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ, ਕਿੰਨੇ ਰੇਟ 'ਚ ਕਿੱਥੋਂ ਚਾਹੀਦਾ, ਕਿਸੇ ਨੇ ਵੇਚਣਾ ਭੇਜੋ ਆਪਣੇ ਕੋਲ।